ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਕੁਝ ਲਿਖਤਾਂ ਦੇ ਅੰਸ਼ ਇੱਕ ਪੁਸਤਕ ਜੀਵਨ ਕਣੀ ਵਿੱਚ ਚੰਕਤ ਕੀਤੇ ਗਏ ਹਨ ਅੱਜ ਦੇ ਹਿੱਸੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਜਦੋਂ ਦਿਸਦੇ ਵਸਦੇ ਜਗਤ ਤੋਂ ਧਿਆਨ ਉੱਠ ਕੇ ਵਿਸਮਾਤ ਦੇ ਘਰ ਚੜਦਾ ਹੈ ਆਪ ਆਪੇ ਵਿੱਚ ਆਉਂਦਾ ਹੈ ਤਾਂ ਇਸ ਝਲਕੇ ਦਾ ਮਨ ਪਰ ਕੀ ਅਸਰ ਹੁੰਦਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਹ ਪੂਰਨ ਅਨਭਵ ਹੈ ਜਦੋਂ ਦਿਸਦੇ ਵਸਦੇ ਜਗਤ ਤੋਂ ਧਿਆਨ ਉੱਠ ਕੇ ਵਿਸਮਾਤ ਦੇ ਘਰ ਚੜਦਾ ਹੈ ਆਪਾ ਆਪੇ ਵਿੱਚ ਆਉਂਦਾ ਹੈ ਲੀਨ ਹੁੰਦਾ ਤੇ ਆਪੇ ਵਿੱਚ ਜਾਗਦਾ ਹੈ ਝਲਕਾ ਅਨੰਤ ਅਪਾਰ ਦਾ ਵਜਦਾ ਹੈ ਤਦੋਂ ਹਾਦਾਂ ਬੰਨੇ ਹੀਟ ਰਹਿ ਜਾਂਦੇ ਹਨ ਇਹ ਝਲਕਾ ਮਨ ਪਰ ਇੱਕ ਅਸਰ ਛੜ ਜਾਂਦਾ ਹੈ ਜਿਸ ਨਾਲ ਟਰਦੇ ਫਿਰਦੇ ਵਸਦੇ ਜਗਤ ਵਿੱਚ ਵਾਹਿਗੁਰੂ ਕਰਤਾਰ ਨਿਰੰਕਾਰ ਤੰਨ ਰੰਕਾਰ ਦਾ ਜਲਵਾ ਆਪਾਂ ਅਨੁਭਵ ਕਰਾਉਂਦਾ ਰਹਿੰਦਾ ਹੈ ਫਿਰ ਜੀਵ ਦਿਸਦੇ ਨੂੰ ਵੇਖ ਕੇ ਭੁੱਲਦਾ ਨਹੀਂ ਦਿਸਦਾ ਹੈ ਵਿੱਚ ਵਸਦਾ ਕਰਤਾਰ ਦਿਸਦਾ ਹੈ ਹਾਂਜੀ ਜਦੋਂ ਝਲਕਾਂ ਅਨੰਤ ਅਪਾਰ ਦਾ ਵਜਦਾ ਹੈ ਤਦੋਂ ਹਾਦਾਂ ਬੰਨੇ ਹੀਟ ਰਹਿ ਜਾਂਦੇ ਹਨ ਇਹ ਝਲਕਾ ਮਨ ਪਰ ਇੱਕ ਅਸਰ ਛੜ ਜਾਂਦਾ ਹੈ ਜਿਸ ਨਾਲ ਟਰਦੇ ਫਿਰਦੇ ਵਸਦੇ ਜਗਤ ਵਿੱਚ ਵਾਹਿਗੁਰੂ ਕਰਤਾਰ ਨਿਰੰਕਾਰ ਤਨ ਨਿਰੰਕਾਰ ਦਾ ਜਲਵਾ ਆਪਾਂ ਅਨੁਭਵ ਕਰਾਉਂਦਾ ਰਹਿੰਦਾ ਹੈ ਫਿਰ ਜੀਵ ਦਿਸਦੇ ਨੂੰ ਵੇਖ ਕੇ ਭੁੱਲਦਾ ਨਹੀਂ ਦਿਸਦਾ ਹੈ ਵਿੱਚ ਵਸਦਾ ਕਰਤਾਰ ਦਿਸਦਾ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਤੇ ਦੇਖਣਹਾਰ ਉਸ ਵਿੱਚ ਵਸਦੇ ਪਿਆਰ ਤੋਂ ਬਲਿਹਾਰ ਹੁੰਦਾ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ